सबना मरण आया बेछोड़ा सबना पुछो जाए सियाने आगे मिलन के ना। परम सत्कार जो श्री गुरु ग्रंथ साहिब जी की गोद विच सजी हुई सत्संग जीओ अदब नाल बेनती करांगा। बहुत सारे फनकार संगत विच विराजमान ने, उना विचों चंद को फनकार अपनी श्रद्धांजलि उस बिछड़ी आत्मा सुरजीत बिंदरखिया जी नूं देणगे। अदब नाल बेनती करांगा सारी संगत नूं बड़े सत्कार नाल जिथे जगह मिलती है बैठ पियो, क्योंकि गुरु ग्रंथ साहिब दी हजूरी विच आ। हजूरी विच इस तरह खड़ना बहुत चंगा नहीं लगता। तुसीं सारे सियाणे हो, बैठण दा जतन करियो, जिथे भी जगह मिलती है बैठ के सुनने का जतन करियो, क्योंकि बाहर बहुत वड्डी गिणती विच संगत बैठी है। जदों तुसीं दरवाजिआं विच आ के खलो गए हो ते संगत बाहर वाली जिहड़ी ओह विर भी रह जाएगी इस गल तों कि उस पिछड़ी आत्मा दी गल। परम सत्कार जो सत्संग जीओ, मौत सदीवी सच है, इस सच तों कोई मुनकर नहीं हो सकदा। असीं तुसीं जिन्ने भी बैठे हां उस काल दीआं मौत दीआं छोटीआं छोटीआं ग्राहियां ते बुरकियां, पता नहीं काल ने किस नूं अपने काल दे विच बस कर लैणा। लगदा मनुख इस तरह कि मैं सदीवी रहना है, पर नहीं। वह बिंदरखिया की आवाज जिहड़ी अज भी इस फिज़ां विच गूंजदी है अज साडे विच नहीं। पिंड वासी जदों माता गुरवचन कौर नूं धरवास ते ढारस देण आउंदे ने ਉਹ ਦਿਲ ਨੂੰ ਫੜ ਲੈਂਦੇ ਨੇ, ਹੋਕੇ ਲੈਂਦੇ ਨੇ, ਕਿਉਂਕਿ ਉਹਨਾਂ ਦਾ ਪੁੱਤਰ ਨਹੀਂ ਮੋੜ ਸਕਦੇ। ਉਹ ਪ੍ਰੀਤ ਬੈਂਸ ਨੂੰ ਪਤੀ ਨਹੀਂ ਮੋੜ ਸਕਦੇ। ਉਹ ਗੀਤਾਂਜ ਨੂੰ ਤੇ ਮੀਨਾਜ ਨੂੰ ਉਹਨਾਂ ਦਾ ਸਤਿਕਾਰਯੋਗ ਪਿਤਾ ਨਹੀਂ ਦੇ ਸਕਦੇ। ਇਹ ਸਾਰੇ ਫਨਕਾਰ ਆਉਂਦੇ ਨੇ, ਆਪਣੀ ਆਪਣੀ ਗੱਲ ਕਰਦੇ ਨੇ ਆ ਕੇ, ਪਰ ਫਿਰ ਹੰਝੂ ਤੇ ਹੋਕੇ ਕੋਲ ਲੈ ਕੇ ਵਾਪਸ ਚਲੇ ਜਾਂਦੇ ਨੇ। ਔਰ ਇਹ ਮੇਰੇ ਪਿੰਡ ਦੇ ਸਾਰੇ ਵਾਸੀ ਜਦੋਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਵੇਖਦੇ ਨੇ, ਐਵੇਂ ਨਹੀਂ ਇਹਨਾਂ ਨੇ ਕਿਹਾ ਕਿ ਅਸੀਂ ਮੋਹਾਲੀ ਨਹੀਂ ਕਰਨਾ ਸਮਾਗਮ, ਅਸੀਂ ਇਸ ਗੁਰਦੁਆਰਾ ਸਾਹਿਬ ਵਿਖੇ ਕਰਨਾ ਹੈ। ਇਸੇ ਕਰਕੇ ਕੀਤਾ ਹੈ ਕਿ ਉਹਨਾਂ ਨੂੰ ਜਦੋਂ ਗੁਰਦੁਆਰੇ ਦੀ ਬਿਲਡਿੰਗ ਦਿਸਦੀ ਹੈ, ਗੁਰਦੁਆਰਾ ਸਾਹਿਬ ਦਾ ਆਲਾ ਦੁਆਲਾ ਦਿਸਦਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਉਸ ਸਵਰਗੀ ਸਰਦਾਰ ਸੁੱਚਾ ਸਿੰਘ ਪਹਿਲਵਾਨ ਹੋਣਾ ਦਾ ਬਹੁਤ ਹਿੱਸਾ ਹੈ, ਉਸ ਸੁਰਜੀਤ ਬਿੰਦਰਖੀਆ ਦਾ ਬਹੁਤ ਹਿੱਸਾ ਹੈ। ਸੁਰਜੀਤ ਬਿੰਦਰਖੀਆ ਕੋਲ ਕੀ ਸੀ, ਕਿਉਂ ਤੁਸੀਂ ਇੰਨੇ ਇਕੱਠੇ ਹੋਏ ਹੋ? ਸਮਾਜਿਕ ਗੀਤ ਸਨ, ਸੱਭਿਆਚਾਰਕ ਗੀਤ ਸਨ, ਧਾਰਮਿਕ ਗੀਤ ਸਨ, ਤੁਹਾਡੇ ਸਮਾਜ ਦੀ ਗੱਲ ਕਰਦਾ ਸੀ, ਤੁਹਾਡੀਆਂ ਰੂਹਾਂ 'ਚ ਉਤਰ ਜਾਂਦਾ ਸੀ। ਜੇ ਤੁਹਾਡੀਆਂ ਰੂਹਾਂ ਵਿੱਚ ਨਾ ਉਤਰਦਾ ਤੇ ਤੁਸੀਂ ਆਉਣਾ ਨਹੀਂ ਸੀ। ਔਰ ਕਿੰਨੀ ਵੱਡੀ ਗਿਣਤੀ ਵਿੱਚ, ਲੱਖਾਂ ਦੀ ਗਿਣਤੀ ਤਾਦਾਦ ਵਿੱਚ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਹੋ, ਇਲਾਕੇ ਦੇ ਬਹੁਤ ਸਾਰੇ ਸੱਜਣ ਆਏ ਨੇ, ਸਾਰੀਆਂ ਪੋਲੀਟੀਕਲ ਪਾਰਟੀਆਂ ਆਈਆਂ ਨੇ। ਮੇਰੀ ਡਿਊਟੀ ਬੜੀ ਕਠਿਨ ਲਾਈ ਗਈ ਹੈ ਕਿ ਮੈਂ ਇਹਨਾਂ ਨੂੰ ਪੇਸ਼ ਕਰਾਂ ਤੁਹਾਡੇ ਸਾਹਮਣੇ। ਇਹਨੇ ਨਾਂ ਨਹੀਂ ਗਿਣੇ ਜਾਣੇ। ਜਦੋਂ ਮੈਂ ਨਾਂ ਗਿਣ ਲੱਗਦਾ ਮੈਨੂੰ ਲੱਗਦਾ ਜੇ ਇਹਨਾਂ ਨੂੰ ਬੁਲਾਉਣ ਲੱਗ ਜਾਈਏ ਨਾ, ਸਾਰੀਆਂ ਪੋਲੀਟੀਕਲ ਪਾਰਟੀਆਂ ਚਾਹੁੰਦੀਆਂ ਨੇ ਅਸੀਂ ਬੋਲੀਏ, ਸਾਰੇ ਫਨਕਾਰ ਚਾਹੁੰਦੇ ਨੇ ਆਪਣੀ ਦਿਲ ਦੀ ਹੂਕ ਉਸ ਉਹਨਾਂ ਬੱਚਿਆਂ ਦੇ ਨਾਲ, ਗੀਤਾਂਜ ਨਾਲ ਤੇ ਮੀਨਾਜ ਨਾਲ ਸਾਂਝੀ ਕਰਕੇ ਜਾਈਏ, ਪ੍ਰੀਤ ਮਾਸ ਬੈਂਸ ਦੇ ਨਾਲ ਆਪਣੀ ਦਿਲ ਦੀ ਸਾਂਝ ਪਾਈਏ। ਪਰ ਆਪਾਂ ਪਾ ਨਹੀਂ ਸਕਦੇ, ਬਹੁਤ ਵੱਡੀ ਗਿਣਤੀ ਵਿੱਚ ਤੁਸੀਂ ਆਏ ਹੋ। ਤੁਹਾਡੀਆਂ ਸਾਰਿਆਂ ਦੀਆਂ ਸਾਂਝਾਂ ਗੁਰੂ ਚਰਨਾਂ ਵਿੱਚ ਅਰਦਾਸ ਵਿੱਚ ਪੈ ਜਾਣਗੀਆਂ। ਤੁਸੀਂ ਸਾਰੇ ਇਸ ਪਰਿਵਾਰ ਨੂੰ ਅਸੀਸ ਦੇ ਕੇ ਜਾਇਓ, ਜਿੱਥੇ ਇਸ ਬਾਣੀ ਨੇ ਜਿਹੜੀ ਗੁਰਬਾਣੀ ਦਾ ਕੀਰਤਨ ਹੋਇਆ, ਢਾਰਸ ਦੇਣੀ ਹੈ, ਹੌਸਲਾ ਦੇਣਾ, ਸਹਾਰਾ ਦੇਣਾ, ਉੱਥੇ ਇਸ ਪਰਿਵਾਰ ਨੂੰ ਤੁਹਾਡੀ ਅਸੀਸ ਨੇ ਉਤਾਂ ਚੁੱਕ ਦੇਣਾ। ਔਰ ਪਿੰਡ ਵਾਲੇ ਬਹੁਤ ਸਾਰੀਆਂ ਮੰਗਾਂ ਵੀ ਰੱਖ ਰਹੇ ਨੇ, ਕਿਉਂਕਿ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਇੱਥੇ ਵਿੱਚ ਬੈਠੇ ਨੇ। ਸੋ ਮੈਂ ਬੇਨਤੀ ਕਰਾਂਗਾ ਅਦਬ ਦੇ ਨਾਲ, ਮੇਰਾ ਦਿਲ ਕਰਦਾ ਸੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਦਾ, ਮੈਂ ਤਿੜਕੇ ਘੜੇ ਦਾ ਪਾਣੀ ਕੱਲ ਤੱਕ ਨਹੀਂ ਰਹਿਣਾ, ਅਜੇ ਤੀ ਫਿਜ਼ਾਂ ਵਿੱਚ ਗੂੰਜਦੀ ਹੈ ਕੈਸਟ ਹੁਣੇ ਆਈ ਹੈ। ਫਿਰ ਮੈਂ ਬੇਨਤੀ ਕਰਾਂ ਉਸ ਬਿੰਦਰਖੀਆ ਦੀ, ਉਹ ਜਿਹੜੀ ਟਿਕ 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 ਵਾਲੀ ਗੱਲ ਸੀ ਉਹ ਖਤਮ ਹੋ ਚੁੱਕੀ ਹੈ, ਉਹ ਸਾਡੇ ਵਿੱਚ ਨਹੀਂ ਰਹੀ। ਉਹਦੇ ਗੀਤ ਬੋਲਦੇ ਨੇ, ਸਾਡੇ ਕੰਨਾਂ ਵਿੱਚ ਬੋਲਦੇ ਨੇ, ਉਹ ਧਾਰਮਿਕ ਕੈਸਟਾਂ। ਮੈਂ ਬੇਨਤੀ ਕਰਾਂ ਸਮੇਂ ਦੇ ਨਾਲ, ਅੱਜ ਜਦੋਂ ਮੈਂ ਸ਼ਮਸ਼ੇਰ ਸੰਧੂ ਦੇ ਦਿਲ ਨੂੰ ਛੇੜਦਾ ਨਾ ਇਸ ਦੀ ਤਾਰ ਨਾਲ, ਉਹ ਤਾਰ ਬੇਤਾਰ ਹੋਈ ਪਈ ਹੈ, ਉਹ ਵੀ ਵੱਜਦੀ ਨਹੀਂ ਹੈ। ਬੜਾ ਹੀ ਯਤਨ ਕਰ ਰਿਹਾ, ਕਹਿੰਦਾ ਮੈਂ ਤਾਬੇ ਨਹੀਂ ਆ ਸਕਿਆ, ਮੇਰਾ ਬੜਾ ਯਤਨ ਕੀਤਾ, ਕਹਿੰਦਾ ਮੇਰਾ ਮੈਨੂੰ ਲੱਗਦਾ ਕਲਬੂਤ ਬਾਕੀ ਬਚ ਗਿਆ, ਰੂਹ ਵਿੱਚੋਂ ਉੱਡ ਗਈ। ਜੇ ਮੈਂ ਅਤੁਲ ਸ਼ਰਮਾ ਨੂੰ ਪੁੱਛਦਾ, ਇੰਨਾ ਲੰਬਾ ਸਾਥ 22 ਸਾਲ ਤੋਂ ਇਹ ਡਾਇਰੈਕਟਰ ਲੜ ਪੈਂਦੇ ਨੇ ਫਿਲਮਾਂ ਵਾਲੇ,
ਪ੍ਰੋਡਿਊਸਰ ਲੜ ਪੈਂਦੇ ਨੇ, ਝਗੜੇ ਹੋ ਜਾਂਦੇ ਨੇ, ਪਰ ਅਤੁਲ ਸ਼ਰਮਾ ਦਾ ਸੰਗੀਤ 22 ਸਾਲ ਦਾ ਸਾਥ ਉਹ ਵੀ ਅੱਜ ਰੋਂਦਾ ਹੈ। ਔਰ ਦਰਸ਼ਨ ਜੀ ਹੋਰੀ ਟੀ ਸੀਰੀਜ਼ ਦੀ ਟੀਮ ਨੂੰ ਲੈ ਕੇ ਆਏ ਨੇ, ਟੀ ਸੀਰੀਜ਼ ਦੀ ਸਮੁੱਚੀ ਟੀਮ ਔਰ ਦਰਸ਼ਨ ਕੁਮਾਰ ਜੀ ਮਾਲਕ ਜਿਹੜੇ ਟੀ ਸੀਰੀਜ਼ ਦੇ ਉਹਨਾਂ ਕੋਲੋਂ ਵੀ ਸਾਂਭਿਆ ਨਹੀਂ ਜਾਂਦਾ ਆਪਣਾ ਆਪਾ। ਸੋ ਮੈਂ ਬੇਨਤੀ ਕਰਾਂ ਸਾਰੇ ਤੁਸੀਂ ਇਸ ਪਰਿਵਾਰ ਨੂੰ, ਉਹਨਾਂ ਭੈਣਾਂ ਨੂੰ ਜਿਹੜੀਆਂ ਬੜੇ ਮੋਹ ਦੇ ਨਾਲ, ਮੈਨੂੰ ਹੰਸਾਲੀ ਵਾਲੇ ਮਹਾਂਪੁਰਸ਼ ਯਾਦ ਆਉਂਦੇ ਨੇ ਜਿਨ੍ਹਾਂ ਨੇ ਪੱਠਾ ਸਾਹਿਬ ਵਿਖੇ ਤਰਲਾ ਕੀਤਾ ਸੀ ਇਸ ਬੱਚੇ ਲਈ, ਔਰ ਸਤਿਗੁਰੂ ਨੇ ਬੱਚਾ ਵੀ ਦਿੱਤਾ ਜਿਸ ਦੀ ਆਵਾਜ਼ ਪੂਰੇ ਸੰਸਾਰ ਵਿੱਚ ਪੰਜਾਬੀ ਜਗਤ ਵਿੱਚ ਗੂੰਜਦੀ ਹੈ, ਉਹ ਬੱਚਾ ਦਿੱਤਾ। ਔਰ ਪੱਠਾ ਸਾਹਿਬ ਵਿਖੇ ਸਰਦਾਰ ਸੁੱਚਾ ਸਿੰਘ ਹੋਰਾਂ ਦੀ ਕੀਤੀ ਅਰਦਾਸ ਸਫਲ ਹੋਈ, ਔਰ ਉਸ ਆਵਾਜ਼ ਨੂੰ ਤੁਸੀਂ ਵਡਿਆਉਣ ਦੀ ਖਾਤਰ, ਮੋਹ ਦੇਣ ਦੀ ਖਾਤਰ, ਪਿਆਰ ਦੇਣ ਦੀ ਖਾਤਰ ਇੱਥੇ ਆਏ ਹੋ। ਤੁਹਾਡਾ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ।